ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਦੀਪ, ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗਸ, ਅਤੇ ਅੱਜ ਮੈਂ ਚੱਲਿਆ ਮਰੇਲਕੋਟ ਲਈ, ਅਤੇ ਮਰੇਲਕੋਟ ਚੱਲਿਆ ਬਾਈ ਦੇ ਨਾਲ, ਤੁਸੀਂ ਪਹਿਲੀ ਵਾਰ ਦੇਖਿਆ ਹੋਏ, ਅਤੇ ਹੋਰ ਬਾਈ ਠੀਕ ਠਾਕ? ਠੀਕ ਠੀਕ। ਲੈ ਕੇ ਜਾਣਾ ਕੀ ਕਰਦਾ ਤੂੰ? ਆ ਗਈ ਗਿਆ ਨਹੀਂ ਅੱਜ, ਗਿਆ ਨਹੀਂ ਅੱਜ, ਤੁਸੀਂ ਬੁਲਾ ਕੇ ਜੂੜੇ 'ਚ ਦੇਖ ਲਓ, ਅੱਜ ਪਹਿਲੀ ਵਾਰ ਨਹੀਂ, ਕਿੰਨੀ ਵਾਰ ਪਤਾ ਨਹੀਂ ਕਿੰਨੀ ਵਾਰ ਦਿਖਾਇਆ ਹੋਇਆ। ਅਸੀਂ ਜਾ ਰਹੇ ਹਾਂ ਜੀ ਇਹਨੂੰ ਦਵਾਉਣ ਘੜੀ, ਅਸੀਂ ਜਾਣਾ ਮਰੇਲਕੋਟ ਲਈ, ਅਤੇ ਬੁਲਟ ਲੈ ਕੇ ਨਹੀਂ ਜਾ ਰਹੇ, ਬੁਲਟ ਲੈ ਕੇ ਆਪਾਂ ਫਿਰ ਚੱਲਾਂਗੇ, ਉਹ ਦਿਖਾਉਣ ਵਾਲਾ ਉਹ ਵੀ ਦਿਖਾਵਾਂਗੇ ਆਪਾਂ। ਬਾਕੀ ਫਿਲਹਾਲ ਅਸੀਂ ਚੱਲੇ ਹਾਂ, ਅਤੇ ਇਹਨੂੰ ਦਵਾ ਕੇ ਲਾਉਣੀ ਆ ਐਪਲ ਵਾਚ ਸੀਰੀਜ਼ 8 ਐਪਲ ਸਟੋਰ ਚੱਲੇ ਹਾਂ ਮਰੇਲਕੋਟ ਲਈ, ਅਤੇ ਚਲੋ ਦੇਖਦੇ ਹਾਂ ਹੁਣ ਦਿਖਾਉਣ ਆ ਤੁਹਾਨੂੰ ਬਾਕੀ ਜਾ ਕੇ ਜੋ ਕਰ ਲਾ। ਆ ਗਏ, ਪੰਪ ਖੋਲ੍ਹੀ ਜੇ ਬੈਠ ਨੂੰ, ਇੱਥੇ ਪੰਪ ਆਇਆ ਤੇਲ ਜਾ ਕੇ ਜੋ ਕੇ ਮੁੜ ਕੇ ਆਉਂਦਾ। ਮਰੇਲਕੋਟ ਲਈ ਚੌਂਕ 'ਚ ਪਹੁੰਚ ਗਏ, ਇੱਥੋਂ ਆਪਾਂ ਪਵਾਏ ਸੀਗੇ, ਉਹ ਦੇਖੋ ਬਿੱਲਾ ਸ਼ੌਕਰਾਂ ਵਾਲਾ, ਇੱਥੋਂ ਪਵਾਏ ਸੀ ਅਸੀਂ ਸ਼ੌਕਰਾਂ, ਅਤੇ ਉਹ ਉੱਚੇ 'ਚ ਕਰਾਏ, ਜਿਹੜਾ ਕਿ ਬਾਹਲਾ ਹੀ ਫਾਇਦਾ ਇੱਥੋਂ ਕਰਾਇਆ ਜੀ ਮਤਲਬ ਅਸੀਂ, ਅਤੇ ਹੁਣ ਅਸੀਂ ਚੱਲਿਆ ਦੁਕਾਨ 'ਤੇ, ਇੱਥੋਂ ਮਿਲਣੀ ਆ ਘੜੀ। ਪਿਆਰ ਆ ਜੀ ਕਹਿੰਦੇ ਦਿੱਲੀ ਗੇਟ, ਅਤੇ ਡਰਾਈਵਰ ਸਾਡਾ ਕੱਚਾ ਹਾਲੇ, ਉਹਨੂੰ ਪੱਕਾ ਕਰਨਾ ਪੈਣਾ। ਸੇਮ ਆ ਬਸ ਇਹਦੇ ਨਾਲ ਨਾ, ਅਤੇ ਆਹ ਦੇਖੋ ਆਹ ਘੜੀ ਆਈ ਹੈਗੀ ਜੀ, 1250 ਡੀਲ ਡਨ ਕਰੀ ਆਪਾਂ, ਬਹੁਤ ਘੈਂਟ ਆ ਯਾਰ ਘੜੀ ਦੇਖਣ ਨੂੰ, ਦੇਖੋ ਆਹ ਕਰਾਊਨ ਕਰਾਊਨ ਵਰਕਿੰਗ ਆ ਸਾਰਾ। ਪਤਾ ਕੀ ਕਰਦੀ ਯਾਰ ਇਹ ਪੰਗਾ, ਪਤਾ ਕੀ ਇਹਦੇ ਬੈਟਰੀ ਲਾਊਗੀ ਇੱਕ ਦਿਨ ਸਾਰਾ। ਅਤੇ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਤੋਂ ਟਰੱਸਟਡ ਬ੍ਰਾਂਡ ਬਾਰੇ ਦੱਸਣਾ ਚਾਹੁੰਦਾ, ਜਿਹੜੀ ਕੀ ਹੈਗੀ ਆ ਲੋਟਸ 365, ਅਤੇ ਇਹਦੇ ਬ੍ਰਾਂਡ ਐਮਬੈਸਡਰ ਹੈਗੇ ਨੇ ਕਾਜਲ ਅਗਰਵਾਲ, ਨਵਾਜ਼ੁਦੀਨ ਸਿੱਦਕੀ ਅਤੇ ਉਰਵਸ਼ੀ ਰਟੇਲਾ, ਅਤੇ ਇਹ ਸਭ ਤੋਂ ਪੁਰਾਣੀ ਗੇਮਿੰਗ ਕੰਪਨੀ ਆ ਜਿਹੜੀ ਕਿ 15 ਸਾਲ ਤੋਂ ਐਕਟਿਵ ਆ, ਅਤੇ ਇਹਦੇ ਤੁਸੀਂ ਫੁੱਟਬਾਲ, ਕ੍ਰਿਕਟ ਅਤੇ ਟੈਨਿਸ ਦੀ ਲਾਈਵ ਅਪਡੇਟ ਵੀ ਦੇਖ ਸਕਦੇ। ਇਹ ਪਲੇਟਫਾਰਮ ਤੋਂ ਤੁਹਾਨੂੰ ਬੈਸਟ ਔਫਰ ਅਤੇ ਪ੍ਰਮੋਸ਼ਨਾਂ ਮਿਲ ਜਾਣਗੀਆਂ, ਅਤੇ ਸਭ ਤੋਂ ਵਧੀਆ ਗੱਲ ਇੱਥੇ 7-1-2-1 ਅਤੇ ਕਸਟਮਰ ਸਪੋਰਟ ਵੀ ਆ ਅਤੇ ਜਾ ਕੇ, ਅਤੇ ਹੁਣ ਤੁਸੀਂ ਕਿਹੜੀ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ, ਅਤੇ ਖੇਡੋ ਜਾ ਕੇ ਜਿੱਤੋ iPhone 13, Samsung Galaxy S22 ਅਤੇ ਰੋਇਲ ਇਨਫੀਲਡ ਵੀ, ਅਤੇ ਹੋਰ ਵੀ ਬਹੁਤ ਵਧੀਆ ਵਧੀਆ ਗਿਵਅਵੇ ਦਾ ਔਫਰ ਦਾ ਤੁਸੀਂ ਲਾਭ ਉਠਾਓ। ਅਤੇ ਮੁੰਡੇ ਨੂੰ ਕਹਿੰਦੇ ਆਪਾਂ ਕਵਿਤਾ ਦਵਾ ਦਈ, ਅਤੇ ਆਪਾਂ ਵੀ ਆਪਾਂ ਸਟੈਪ ਚੇਂਜ ਕਰ ਲਿਆ, ਆਪਾਂ ਲੋਹੇ ਵਾਲਾ ਲੈ ਲਿਆ 300 ਰੁਪਏ ਦਾ, ਘੈਂਟ ਆ ਸਿਸਟਮ ਦੇਖੋ ਕਿੰਨਾ ਸੋਹਣਾ ਲੱਗਦਾ ਨਾ, ਘੈਂਟ ਲੱਗਦਾ ਪੂਰਾ ਐਨ, ਹੁਣ ਹੋਰ ਵੀ ਰੀਜਨਲ ਵਾਲੀ ਫੀਲਿੰਗ ਆ ਰਹੀ ਆ ਤੁਹਾਨੂੰ, ਤੁਹਾਡੇ ਤੋਂ ਕਹਦਾ ਉਹ ਲਾ, ਇਹ ਰੀਜਨਲ ਨਹੀਂ ਹੈਗੀ ਬਾਈ ਸਾਡੀ ਬੋਡੀ ਦਾ, ਆਪਾਂ ਵੀ ਇੱਥੇ ਲਈ ਸੀਗੀ, ਤੁਸੀਂ ਆਪਣੇ ਪਤਾ ਤੁਹਾਨੂੰ ਦਾਂ ਦੱਸਤਾ, ਜਿਹੜੇ ਹੁਣ ਆਪਾਂ ਨੂੰ ਬਾਹਰੋਂ ਟੱਕਰਦੇ ਉਹਨਾਂ ਨੂੰ ਬਸ ਪਤਾ ਵੀ ਰੀਜਨਲ ਨਹੀਂ ਹੈਗੀ ਯਾਰ, ਰੀਜਨਲ 30-40 ਹਜ਼ਾਰ ਰੁਪਇਆ ਲਾ ਕੇ ਕੀ ਫਾਇਦਾ, ਮੇਰੇ ਵਰਗਾ ਬੰਦਾ ਯਾਨੀ ਕਿ ਇਹਦੇ ਨਾਲ ਜੋਬ ਪੂਰਾ ਕਰ ਲਿਆ ਵਧੀਆ। ਅਤੇ ਲਓ ਜੀ ਕਾਹ ਪੈਂਟ ਮੈਨੂੰ ਪਸੰਦ ਆਈ ਆ, ਮੈਂ ਸੋਚਦਾ ਵੀ ਇੱਕ ਲੈ ਚੱਲਦੇ ਟੀ ਆਰ 'ਚ ਆ, ਮੇਰੇ ਕੋਲ ਸਾਰੀਆਂ ਡਾਰਕ ਜਿਹੀਆਂ ਪੈਂਟਾਂ ਨੇ, ਕੋਈ ਉਹ ਹੈ ਨਹੀਂ ਲਾਈਟ ਜਿਸ ਕਰਕੇ, ਮੈਂ ਕਿਹਾ ਚੱਲ ਲਈ ਚੱਲਦੇ ਹਾਂ। ਅਤੇ ਲਓ ਜੀ ਯਾਰ ਮੇਰੀ ਪੁਰਾਣੀ ਕੋਟੀ ਆ, ਅਤੇ ਇੱਕ ਸ਼ਰਟ ਅਤੇ ਕਾ ਪੈਂਟ ਜੀ ਲੈ ਲਈ, ਟੀ ਸ਼ਰਟ ਲੈ ਲਈ, ਅਤੇ ਜਾ ਕੇ ਹੁਣ ਤੁਹਾਨੂੰ ਪਿੰਡ ਤੱਕ ਦਿਖਾਵਾਂਗੇ ਤਾਂ, ਅਤੇ ਹੁਣ ਬਾਕੀ ਆਪਾਂ ਥੋੜ੍ਹਾ ਮੋਟਰਸਾਈਕਲ ਵਾਲੇ ਬਾਈ ਨੂੰ ਮਿਲਦੇ ਹੁਣ ਦੱਸੀਏ ਪ੍ਰੋਬਲਮ, ਅਤੇ ਉਹਨੂੰ ਕੱਲ੍ਹ ਮੋਟਰਸਾਈਕਲ ਦਿਖਾ ਦਾਂਗੇ, ਜੇ ਦਿਨ ਵੀ ਆ ਯਾਰ ਆਪਾਂ ਫਿਰ ਦਿਖਾ ਦਾਂਗੇ। ਬਾਵੀ ਸਾਹਿਬ ਕਿਵੇਂ ਆ, ਹੋਰ ਕੀ ਕਰਦਾ, ਕਲਾਸ ਵੀ ਖੋਲ੍ਹੀ ਬੈਠਾ ਹੈ। ਲਓ ਜੀ ਆਪਾਂ ਮਰੇਲਕੋਟ ਲੈ ਆਏ ਹਾਂ, ਅਤੇ ਮੈਂ ਕਿਹਾ ਚੱਲ ਪੰਜਾਬ ਬੁਲਟ ਖੰਨੇ ਵਾਲੇ ਨੂੰ ਖੰਨੇ ਵਾਲੇ ਮਰੇਲਕੋਟ ਲੈਣ ਮਿਲ ਕੇ ਚੱਲੀਏ। ਅਤੇ ਯਾਰ ਮੈਂ ਕੱਲ੍ਹ ਨੂੰ ਲੈ ਕੇ ਆਊਂ ਬੁਲਟ, ਠੀਕ ਆ, ਇੰਜਣ ਵਿੱਚ ਅੱਧੇ ਕਮੈਂਟ ਆਉਂਦੇ ਨੇ ਵੀ ਬੈਂਡ ਬੈਂਡ ਕਰਕੇ ਬੈਂਡ ਲੀਕ ਆ, ਅਤੇ ਕਹਿੰਦੇ ਨੇ ਵੀ ਹਾਈਡ੍ਰੋਲਿਕਸ ਇਹੋ ਜਿਹਾ ਕੁਛ ਲੀਕ ਆ ਇਹਦਾ, ਉਹ ਮੈਂ ਤੁਹਾਨੂੰ ਕੱਲ੍ਹ ਦਿਖਾਵਾਂਗੇ, ਠੀਕ ਆ। ਅਤੇ ਬਸ ਮੈਂ ਕਿਹਾ ਚੱਲ ਇਹਨੂੰ ਪੁੱਛ ਚੱਲਦਾ ਵੀ ਵਿਹਲੀ ਹਾਂ, ਆਹ ਮੁੰਡਾ ਆਪਾਂ ਨੂੰ ਮਿਲ ਲਿਆ ਪਹਿਲਾਂ ਵੀ, ਹੋਰ ਕਹਿ ਮੈਂ ਤੈਨੂੰ ਹੋਣੇ ਟੈਨਸ਼ਨ, ਕੰਮਾਂ ਕਰਨ 'ਚ ਲੱਗਾ ਮੁੰਡਾ, ਟੈਨਸ਼ਨ ਤਾਂ ਹੋਣੀ ਹੀ ਨੇ। ਮੁੰਡਾ ਕਹਿੰਦਾ ਬਾਈ ਮੈਂ ਤਾਂ ਕੱਲ੍ਹ ਹੋਣਾ ਨਹੀਂ, ਕੱਲ੍ਹ ਥੋੜ੍ਹਾ ਜਿਹਾ ਵਿਆਹ 'ਤੇ ਜਾਣਾ, ਸਾਰੇ ਹੀ ਵਗ ਜੀ, ਥੋੜ੍ਹਾ ਜਿਹਾ ਨਾਲ ਕੁਛ ਨਹੀਂ ਹੋਣਾ, ਤੂੰ ਤਾਂ ਉਰੀ ਆ। ਬਸ ਠੀਕ ਆ ਫਿਰ ਆਪਾਂ ਕੱਲ੍ਹ ਨੂੰ ਦੇਖਦੇ ਹਾਂ, ਜੇ ਮੈਂ ਹੋਇਆ ਆਜੂ। ਓਕੇ ਟਾਇਰ ਦੋ ਜੀ, ਲਾਏ ਵੀਲ ਪਾਉਣ ਆਇਆ ਹੋਇਆ ਬਾਈ, ਪੁਆਇੰਟ ਕਲਾਸਿਕ ਤਾਂ ਹੀ ਜੱਚਦੇ ਨੇ, ਕਲਾਸਿਕ ਤਾਂ ਨਹੀਂ ਆ ਚੀਜ਼ਾਂ ਜੱਚਦੀਆਂ ਹੈਗੀ, ਮਰਸਡ ਚਲੇ ਪਾਵਾਂਗੇ ਸੱਚੀ। ਆ ਹੁਣ ਪਾਏ ਨੇ ਲਾਏ ਵੀਲ, ਕਿਵੇਂ ਆ, ਠੀਕ ਆ, ਮੈਂ ਤੈਨੂੰ ਪੁੱਛਿਆ ਸੀ ਕਿਵੇਂ ਆ, ਹਾਂ ਠੀਕ ਆ, ਇੱਦੋਂ ਬਸਰਾ ਕੀ ਹੋਊ, ਦੂਸਰਾ ਦੱਸ ਕੀ ਹੋਊ, ਮੇਰੇ ਨਾਲ ਪੜਨਾ ਮਨੀ ਵਰਨਾ ਤੂੰ, ਤੇ ਤੂੰ ਮੇਰਾ ਕੀ ਲੱਗਿਆ, ਤੇ ਆਪਣਾ ਚਾਚਾ ਲੱਗਿਆ, ਤੇ ਆਪਣੇ ਤਿੰਨੇ ਵੀਰੇ, ਤੇ ਤਿੰਨੇ ਫੌਜ 'ਚ ਭਰਤੀ ਨੇ, ਤੇ ਬਾਹਲਾ ਹੀ ਘੈਂਟ ਮਤਲਬ ਕੰਮ ਕਰਦੇ ਨੇ, ਤਾਂ ਤਿੰਨੇ ਛੁੱਟੀ ਆਏ ਹੋਏ, ਦੇਖੋ ਤਿੰਨੇ ਭਰਤੀ, ਤੁਸੀਂ ਤਿੰਨੇ ਹੋ ਗਏ ਹੈ ਨਾ, ਉਹਨੇ ਬਹੁਤ ਮਿਹਨਤ ਕਰੀ ਆ ਨਾ, ਇੱਕ ਵਿਚਾਰਾ ਸਾਡਾ ਮਿਲਖਾ ਐਮਰਜੈਂਸੀ ਕਰਕੇ, ਇੱਕ ਆਪਣਾ ਮਿਲਖਾ ਰਹਿ ਗਿਆ ਬਸ ਭਰਤੀ, ਹੁਣ ਉਹਨੇ ਵੀ ਫੁੱਲ ਮਿਹਨਤ ਕਰੀ ਆ, ਮਿਲਖਾ ਰਹਿ ਗਿਆ,
नौकरी औखी का बहुत है ना ये कम है ना जो तेने कठे हो गया स्वाद आ गया ना हां मेला ਦਾ ਹਾਜਰ ਮੇਲਾ ਵੀ ਬੁਲਾਓ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਮੇਲੇ 'ਚ ਕੀ ਆਈਟਮ ਹੈ ਘੋੜ ਲੱਗਦੇ ਹੁੰਦੇ ਨੇ ਇੱਥੇ ਉਹ ਦਿਖਾਵਾਂਗੇ ਉਹ ਵੀ ਦਿਖਾਵਾਂਗੇ ਉਹ ਤਾਂ ਮੇਨ ਚੀਜ਼ ਹੋਊਗੀ ਮੈਂ ਕਿਹਾ ਤੁਹਾਨੂੰ ਮਿਲਾ ਦਈਏ ਪਿੰਡ ਦੇ ਮੁੰਡਿਆਂ ਨੂੰ ਦਿਖਾਈ ਕੈਨੇਡਾ ਇਹ ਬਾਈ ਹਜ਼ਾਰ ਦਾ ਕਿਉਂ ਕਹਿੰਦਾ ਇਹ ਬੈਟ ਬੜਾ ਖਤਰਨਾਕ ਹੈ बाकी मिलाता चुप्पू कहना की करना फोटो खिंचा नहीं तो मैं जवाब देना जी मैं नवे कपड़े पाए ने मैं नवी नवी फोटो आ जाऊ कोई चल 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 रहा बुलट तेल कौन पाऊगा चलो जी पहला मैं ये कहना भी चुप कहना भी जी लाइट आ चमकीली जी बदल दे बधेन ला दी तो अपने को जी पुरानी लाइटा चिट्टिया देखो ये भी खराब नहीं सी हो मतलब भी आई सिस्टम से एक लाइट कट दी थी ये मेरे हिसाब से हम मैं समझ लग गई ये की है देखो पहले जो बुलट लैंने ये चाबी तो नहीं होंगी ये होंगे ने इंजन स्टार्ट होए तो फेल चलती होंगे ने तो मेरे नट खोल के नट नूं अर्थ दिता होया अर्थ हिलदा ऊ नहीं जे अर्थ हिलदा फिर आ क्यों नहीं बंद होंदी पता नहीं की चक्कर इन हुण चेंज कर दा फिर दिखाउण चलो जी एक बल्ब भी तो बड़ी चली नहीं खानी पुट्ठी दी लाती हुई मैं दूजी लाई चल पी तो यार रबड़ रुबड़ जी सारा कुछ निकला है तो पहले मैंने आया सी ना भी जिवें आ देखो आ एल ई डी छोटी आ वड्डी आ जिहड़ी दूजी आ भी फिट नहीं आउंदी फिट हो जांदियां ने विच नूं पै जांदियां ने तो रबड़ जी निकल के आनी टेंशन ना लो भी जे कोई थोड़ी लंबी भी आ तां भी फिट आ जाऊगी तो हुण कस के हुण दिखाउणे फिर तुहानूं लो जी काम तो अपना हो गया देखो लाइट तो बदलती अपना तो सर्को सर्क रखा तो आह वाला यार वैसे तो घंट लगता जो वैसे स्मोक पट दी फिर होर भी घंट लगता क्योंकि गूढ़ा जहा वधिया लगता पट्टो पर नहीं फिर पट्टांगे हफ्ते तक पट लाँगे चलो जी आह मतलब कि रोड साढ़े एरिए नवा जहा बनया ए लगा जो मेन रोड होता जी टी रोड है इतने की फोटो खिंच लिया तो फोटो हमें मिलनी देखने इंस्टाग्राम से प्रदीप तो ब्लॉग जाके देख लो तो कहान हो बहुत है मैं तो पैर कितने रखा मैं कितने पैर रखा रखी तुम आ रे ਹੁਣ ਡਿਗਾ ਬਣਿਆ ਪਹਿਲਾਂ ਲੈਣੀ ਆ ਤੇਰਾ ਫੋਨ ਡਿਗੂ ਨਾਲੇ ਮੈਂ ਕਹਿੰਦਾ ਡਿਗ ਵੀ ਜਾਵੇ ਪਤਾ 6 ਲੈਣਾ ਸੀ ਲੈ ਲਿਆ ਲੈਣਾ ਬਲੈਕ ਐਂਡ ਆਈਫੋਨ 6 ਲੈਣਾ ਬੱਟੇ ਬਲਟਾਉਣਾ ਤੂੰ ਇਤਰਾ ਡੈਡੀ ਗਿਆ ਹੋਇਆ ਡਬਈ ਤੂੰ ਹਾਂ ਆਈਫੋਨ 14 ਪ੍ਰੋ ਮੈਕਸ ਕੁਝ ਲੈ ਉਹ ਬਾਰੇ ਮੰਗਾ ਇੱਕ ਟੀਵੀ ਲੈ ਬਾਰੇ ਮੰਗਾਉਂਗਾ 2 ਸਾਲ ਹੋ ਗਏ ਨੂੰ ਬਾਰੇ ਮੰਗਾਉਂਦੇ ਨੂੰ ਤਾਂ ਮੰਗਾਇਆ ਹੀ ਨਹੀਂ ਨੇ ਚਲੋ ਜੀ ਹੁਣ ਹੋ ਗਈ ਸ਼ਾਮ ਤੇ ਆ ਜਵਾਕ ਕਹਿੰਦੇ ਕੀ ਖੇਡਣਾ ਚਿਲਡਰਨ 올림픽ਸ ਇੱਕ ਬਾਈ ਆ ਕਮੈਂਟ ਕਰਦਾ ਲੱਗਦਾ ਅੱਜ ਤਾਂ ਮੈਂ ਵੈਸੇ ਮੈਂ ਹਰੇਕ ਵਾਰ ਰਿਪਲਾਈ ਕਰਦਾ ਉਹਨਾਂ ਲਾਈਕ ਵੀ ਕਰਦਾ ਉਹਨਾਂ ਕਮੈਂਟ ਨੂੰ ਤੇ ਉਹ ਰੋਜ਼ ਕਮੈਂਟ ਕਰਦਾ ਲਿਖ ਕੇ ਡੇ 1 ਡੇ 2 ਡੇ 3 ਅਦਨ ਡੇ 17 18 ਹੋ ਗਿਆ ਤੇ ਆਪਾਂ ਯਾਰ ਬਣਾਵਾਂਗੇ ਚਿਲਡਰਨਸ 올림픽ਸ ਸਾਰੇ ਜਣੇ ਉਹ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦਾ ਵੀ ਸਾਰੇ ਜਵਾਕਾਂ ਦਾ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਹੁੰਦੇ ਆ ਜਿਵੇਂ ਰੇਸ ਰੂਸ ਲਵਾ ਕੇ ਤੇ ਸਟੰਟ ਸੁੰਡੇ ਕਰਾਉਣਾ ਉਹਨਾਂ ਤੋਂ ਤੇ ਬਾਕੀ ਦਿਖਾਵਾਂਗੇ ਤੁਹਾਨੂੰ ਉਹ ਤੇ ਮੇਰੇ ਕੋ ਨਾ ਨਿਓਨ ਤੁਹਾਨੂੰ ਉਹ ਲੈ ਉਹ ਵਾਲੀ ਨਿਓਨ ਲੈਟ ਤੋਂ ਮੈਂ ਚਲਾ ਕੇ ਦਿਖਾਉਣਾ ਹਟ ਜੋ ਮੇਰੇ ਕੋ ਜਿਹੜੀ ਹੈਗੀ ਆ कनेक्शन हिल देखो जी खराब होगी माड़ी जी हिला वाली उत्ते हिला के आवा चलो जी मैं उपर आके देखो उपर आके कहे लगता है और खास खास घट ला दिया पर जी का हथ नहीं पहुंचता मेरा ਕਿਵੇਂ ਜੀ ਸੈੱਟ ਹੋਊਗੀ ਇੰਨੀ ਕੁ ਸ਼ੇਜ ਖਰਾਬ ਹੋ ਗਈ ਹੋਣੀ ਆ ਜਾਂ ਟਾਂਕਾ ਹਿੱਲ ਗਿਆ ਹੋਣਾ ਬਸ ਹੋਰ ਕੋਈ ਪ੍ਰੋਬਲਮ ਨਹੀਂ ਚਲੋ ਮਾਰੋ ਗੋਲੀ ਆਪਾਂ ਇਹਨੂੰ ਫਿਰ ਦੇਖਾਂਗੇ ਸੇਮ ਆਹੀ ਲੈਟ ਆਣੀ ਕਿ ਜਿਹੜੀ ਆਹ ਵਾਲੀ ਆਪਾਂ ਹਾਰਨ ਤੇ ਲਾਈਏ ਕਮੈਂਟ ਕਰਕੇ ਦੱਸਿਓ ਚਲੋ ਜੀ ਲਿਆਉਂਦੀ ਆਪਾਂ ਲੈਟ ਇੰਨੀ ਕੁ ਵਧੀਆ ਆਹ ਵਾਲੀ ਰੰਗ ਦੀ ਤਾਂ ਜਿਹੜੀ ਬਲੂ ਕਲਰ ਦੀ ਉਹ ਤਾਂ ਆਪਣੇ ਕੋਲ 5 ਮੀਟਰ ਪਈ ਹੋਊਗੀ ਤੇ ਲਾਈਓ ਨਹੀਂ ਹੈਗੀ ਤੇ ਬਲੂ ਕਲਰ ਦੀ ਹਾਰਨ ਦੇ ਵਧੇ ਵੀ ਲੱਗਣੀ ਝੰਮ ਜਿਹੜੀ ਕਲੇ ਲੱਗੂ ਜਿਵੇਂ ਆਪਣੀ ਇਧਰ ਹੀ ਲਾਈਟ ਲੱਗਦੀ ਸੀ ਤੇ ਹੈਗੀ ਇਹ ਹੈਗੀ ਆ ਵਾਰਨ ਵਾਈਟ ਤੇ ਦੇਖਦੇ ਹਾਂ ਲਾ ਕੇ ਮੜ ਜੀ ਕਿਹੋ ਜਿਹੀ ਲੱਗਦੀ ਸੋਚੀ ਤਾਂ ਮੈਂ ਹੋਰ ਵੀ ਖਾਸ ਥਾਂ ਤੇ ਪਰ ਹਾਰਨਾਂ ਤੇ ਲਾ ਕੇ ਦੇਖਦੇ ਆ ਵੀ ਕਿਹੋ ਜਿਹੀ ਲਾਦੀ ਆ ਵੀ ਲਾਈਏ ਕਿ ਨਾ ਲਾਈਏ ਤੁਸੀਂ ਦੱਸੋ ਕਮੈਂਟ ਕਰਕੇ ਆ ਦੇਖੋ ਐ ਜਾਂਦੇ ਆ ਕਿੰਨੀ ਘੰਟ ਲਾ ਦਿਓ ਓਏ ਚਲਾਈ ਚਲਾਈ ਆ ਤੇ ਰੱਖਿਓ ਤੇ ਇੱਧਰ ਹੂੰ ਹੋ ਜਾ ਉਧਰ ਆ ਦੇਖੋ
ਨਿਆਉਣ ਆਪਾਂ ਵਾਲੀ ਕਿਤੇ ਲਾਈਟ ਲਾ ਕੇ ਨਹੀਂ ਦੇਖੀ, ਮੈਂ ਲਿਆਂਦੀ ਤਾਂ ਉਰੇ ਲਾਉਣ ਨੂੰ ਸੀ ਇੱਕ ਲਾਈਟ, ਬਾਅਦ 'ਚ ਫਿਰ ਉਹ ਨਾਮ ਜਿਹਾ ਬਣਾਉਣ ਲੱਗ ਗਿਆ ਉਹਦੇ ਕਰਕੇ ਇੱਕੇ ਬਣਾ ਇੱਕ ਇਹਦੇ 'ਤੇ ਹਾਰਨ ਲਾ ਕੇ ਨਹੀਂ ਦੇਖੀ ਕਦੇ ਇਹ, ਹੁਣ ਲਾ ਕੇ ਦੇਖਦੇ ਹਾਂ ਭਾਈ ਫੜ ਫੋਨ ਵੀ ਘੈਂਟ ਲੱਗੂ ਮੇਰੇ ਹਿਸਾਬ ਨਾਲ ਤਾਂ। ਕਿਵੇਂ ਲੱਗਦਾ? ਠੀਕ ਆ। ਕਿਉਂ ਨੀ ਲੱਗਣਾ ਇਹ ਮੂਹਰਲੀ ਲਾਈਟ ਆ, ਦੇਖੋ ਉਹ ਹੈਗੀ ਆ ਵਾਈਟ ਤੇ ਇਹ ਥੋੜੀ ਯੈਲੋ ਲੱਗ ਜਾਂਦੀ ਮੂਹਰੇ, ਹੈ ਨਾ ਰਹਿਣ ਦੇ ਮਤਲਬ ਹੈ ਇਹਦੇ ਤੇ ਲਾ ਦੇ ਯੈਲੋ ਰੇ। ਅਰੇ ਕਿਹੜਾ ਆਪਣਾ ਆਹ ਵਾਲਾ ਮੁਕਟ ਆ ਜਿਹੜਾ ਬਲੂ ਕਲਰ ਆ, ਪਹਿਲਾਂ ਤਾਂ ਅੱਧਾ ਖਰਾਬ ਹੋ ਗਿਆ ਜੀ, ਹੁਣ ਜਮੀ ਖਰਾਬ ਹੋ ਗਿਆ, ਦੇਖੋ ਬਲੂ ਕਲਰ ਹੈ ਉਹ ਨਹੀਂ, ਜਿਹੜਾ ਬਲੂ ਕਲਰ ਆ ਉਹ 'ਚ ਮੈਨੂੰ ਲੱਗਦਾ ਦੋ ਬੱਲਵੀਆਂ, ਹਰੇਕ ਰੰਗ 'ਚ ਦੋ ਬੱਲਵੀਆਂ ਹੋਣਗੀਆਂ ਦੇਖੋ ਹੁਣ ਗੂੜਾ, ਪਹਿਲਾਂ ਇੱਕ ਇੱਕ ਖਰਾਬ ਹੋ ਗਈ ਹੋਣੀ ਆ, ਹੁਣ ਇੱਕ ਹੋਰ ਖਰਾਬ ਹੋ ਜਾਣੀ, ਯਾਨੀ ਕਿ ਬਣਦੇ ਰਹਿੰਦਾ ਹਰ ਇੱਕ। ਜਿੱਦਾਂ ਬਲੂ ਕਲਰ ਆ ਮਤਲਬ ਕਿ ਉਹ ਬੰਦ ਹੋ ਗਿਆ, ਹੁਣ ਇਹਦਾ ਕੋਈ ਫਾਇਦਾ ਵੀ ਹੋ ਗਿਆ ਆਪਾਂ ਨੂੰ ਵੀ ਜੇ ਬੰਦ ਰੱਖਣੀ ਹੋਵੇ ਤਾਂ ਬੰਦ ਰਹੂਗੀ, ਅਤੇ ਦੂਜਾ ਨੁਕਸਾਨ ਇਹ ਹੋ ਗਿਆ ਵੀ ਬਲੂ ਕਲਰ ਨਹੀਂ ਪਤਾ ਕਰ ਸਕਦੇ, ਉਹ ਤਾਂ ਵਧੀਆ ਜਦ ਵੀ ਪਾਉਣ ਕਰਦੇ ਜਾਂ ਫਿਰ ਪਹਿਲਾਂ ਬਲੂ ਕਲਰ ਮੱਚਦਾ ਹੁੰਦਾ ਸੀ, ਹੁਣ ਮਤਲਬ ਕਿ ਰੰਗ ਵਾਲਾ ਸਿਸਟਮ ਚੱਕਿਆ ਗਿਆ, ਵਧੀਆ ਵੀ ਹੋ ਗਿਆ ਕੰਮ, 50% ਮਾੜਾ ਵੀ ਹੋ ਗਿਆ। ਅਤੇ ਹਾਰਨਾਂ 'ਤੇ ਯਾਰ ਵੈਸੇ ਤਾਂ ਖਾਸ ਲਾਈ ਹੋਈ ਆ ਨਾ ਹਾਰਨਾਂ 'ਤੇ, ਮੈਂ ਕੀ ਸੋਚਦਾ ਆਪਾਂ ਡਿਫਰੈਂਟ ਕਰਦੇ ਹਾਂ ਪੌਰੇ ਲਾਉਂਦੇ ਜਿਵੇਂ ਟਰੈਕਟਰਾਂ ਨੇ ਲਾਈ ਹੁੰਦੀ ਆ ਡੈੱਕ 'ਤੇ, ਬੈਟਰੀ ਲੱਗੂ ਪਤਾ ਨਹੀਂ ਉਹਦਾ ਲਾ ਕੇ ਪਤਾ ਲੱਗੂ, ਕੋਈ ਨਾ ਕੋਈ ਹੱਲ ਕਰਾਂਗੇ, ਬਸ ਹੋਰ ਨੀ ਕਿਤੇ ਲਾ ਸਕਦੇ ਆਪਾਂ, ਜਗ੍ਹਾ ਪੂਰੀ ਪੂਰੀ ਆ। ਅਰੇ ਕਿੰਨੀ ਖਰਾਬ ਹੁੰਦੀ ਇਹ, ਮੈਨੂੰ ਲੱਗਦਾ ਮਾੜੀ ਕੁਆਲਿਟੀ ਦੀ ਆ ਸ਼ਾਇਦ, 250 ਰੁਪਏ ਦੀ ਆਈ ਸੀ, ਹਾਂਜੀ 300 ਰੁਪਏ ਦੀ, ਦੇਖੋ ਇਹਦਾ ਕਨੈਕਸ਼ਨ ਟੁੱਟਦਾ, ਦੇਖੋ ਤੁਸੀਂ ਵਧੀਆ 'ਚ ਖਰੀਦਿਓ 500-700 ਵਾਲੀ, ਐਂ ਵੀ ਨਹੀਂ ਕਿਤੇ 250 ਵਾਲੀ 500 'ਚ ਖਰੀਦ ਲਓ, ਅਤੇ ਕਿਉਂ ਨਹੀਂ ਲਾ ਦੀ ਆ ਚੈਨ ਕਵਰ 'ਚ ਵੀ ਘੈਂਟ ਲਾ ਦਿੰਦੀ, ਉਹ ਘੈਂਟ ਲਾ ਦਿਓ ਨਾ ਨਾਲੇ ਦੀ ਉਹ ਦੂਜੇ ਨਾਲੋਂ ਰੋਸ਼ਨੀ ਵੱਧ ਹੈ ਇਹਦੀ ਮੇਰੇ ਹਿਸਾਬ ਨਾਲ, ਪਰ ਮੈਨੂੰ ਜ਼ੁਕਾਮ ਆ ਫਿਰ ਵੀ ਸਮੈਲ ਆ ਹੀ ਦੇਖ ਲਾ। ਉਹ ਦੇਖੋ ਚੈਨ ਉਰੇ ਘੈਂਟ ਲਾ ਦੀਏ, ਕੁਰੇ ਲਾ ਦਾਂਗੇ ਇੱਕ ਭਾਈ ਦੇ ਉਰੇ ਲਾ ਦਾਂਗੇ, ਬਸ ਠੀਕ ਆ ਹੀ ਕਰਦੇ ਹਾਂ, ਮੂਹਰੇ ਨਹੀਂ ਆ ਜਿੱਥੇ ਆਹ ਰਿਫਲੈਕਟਰ ਨੇ ਬਸ ਇਹਦੇ 'ਤੇ, ਤੁਸੀਂ ਕਮੈਂਟ ਕਰਕੇ ਲਾ ਦਈਏ ਕਿ ਨਾ ਲਾਈਏ, ਸੱਚੇ ਨਾ ਕੋ ਮੱਚਦਾ ਵੇ ਲਾਏ ਦੇ ਇਹਨਾਂ ਨੂੰ, ਅਤੇ ਸੱਚ ਅਸੀਂ ਮਾੜਾ ਜਿਹਾ ਵਲੋਗ ਕੱਲ੍ਹ ਵੀ ਬਣਾਇਆ ਸੀ, ਉਹ ਵੀ ਚੈੱਕ ਆਊਟ ਕਰੋ ਅਤੇ ਉਹ ਦੇਖ ਕੇ ਆਓ ਮਾੜਾ ਜਿਹਾ, ਉਹਦੇ 'ਚ ਮੈਂ ਤੁਹਾਨੂੰ ਅਲਾਏ ਬਾਰ ਦੱਸਣਾ ਅਤੇ ਦੇਖੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪ੍ਰਦੀਪ, ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ, ਅਤੇ ਤੁਸੀਂ ਦੇਖ ਲਓ ਲੱਲੂ ਨੂੰ ਵੀ ਬੁਲਾ ਕੇ, ਤੁਹਾਨੂੰ ਦੇਖਣਾ ਨਹੀਂਗਾ ਕਿਉਂਕਿ ਬਲੋਕਿਆ ਹੋਇਆ, ਅਤੇ ਅਸੀਂ ਜਾ ਰਹੇ ਹਾਂ ਕੋਈ ਖਾਣ ਪੀਣਾ ਬੈਗ ਚੱਕਿਆ ਉਹਦੇ ਨਾਲ, ਅਤੇ ਚਲੋ ਆਪਾਂ ਚੱਲੀਏ, ਆਪਾਂ ਕਿੱਦਾਂ ਤਕੜੀ ਚੀਜ਼ ਸੋਚੀ ਆਪਾਂ ਇਹਦੇ ਵਲੌਗ 'ਤੇ ਤੁਹਾਨੂੰ ਦੱਸਾਂਗੇ, ਬਾਕੀ ਥੋੜ੍ਹਾ ਤੁਹਾਨੂੰ ਉੱਥੇ ਆ ਕੇ ਦੱਸਾਂਗੇ, ਹੋ ਗਿਆ ਸਾਨੂੰ ਆ ਜਾਓ ਮੋਟਰਾਂ ਚੱਕ ਲਿਓ ਆਪਦੇ ਆਪਦੇ, ਅਤੇ ਉਹ ਖੜਾਤਾ ਸੀ ਬੁਲਟ, ਅਤੇ ਆਪਾਂ ਉਹਦੇ ਕਰਨੇ ਨੇ ਲਾਏ ਚੇਂਜ, ਇੱਕ ਹਫ਼ ਦੋ ਹਫ਼ਤੇ ਦੇ ਵਿੱਚ ਵਿੱਚ ਕਰ ਦਾਂਗੇ ਸ਼ਾਇਦ, ਸ਼ਾਇਦ ਕੀ ਪੱਕਾ ਕਰੇ ਦੇਵਾਂਗੇ, ਦੇਖੀਏ ਹੁਣ ਮੇਰਾ ਜੀ ਕਰਾਇਆ, ਅਤੇ ਲਓ ਜੀ ਯਾਰ ਹੁਣੀ ਆ ਗਏ, ਕੀ ਖਵਾਉਂਗੇ ਤਾਂ ਖਾਸੀ ਮਹਿੰਗੀ ਜਗ੍ਹਾ 'ਤੇ ਲੈ ਆਇਆ ਮੈਨੂੰ ਅੱਜ, ਹੋਰ ਨਹੀਂ ਰਿਹਾ ਖਾਣ, ਅਤੇ ਲਓ ਜੀ ਅਸੀਂ ਆ ਗਏ ਅਤੇ ਅਸੀਂ ਕਰਾਇਆ ਇੱਕ ਰੋਟੀ, ਆਹ ਕਿਹੜੇ ਪਿਆਜ਼ ਹੁੰਦੇ ਨੇ ਸਿਰਕਿਆਂ ਤੋਂ ਚੁੱਪੋ ਲਓ, ਇਸ ਨੂੰ ਖਾਸ ਟਾਈਮ ਬਾਅਦ ਦੇਖ ਆਊਗਾ, ਗਿਆ ਅਸੀਂ ਚੰਡੀਗੜ੍ਹ, ਚੰਡੀਗੜ੍ਹ ਕੋਈ ਕਰਦਾ ਹੈਗੇ ਉੱਥੇ ਬਾਅਦ ਦੇਖ ਕੇ ਨੈੱਟਫਲਿਕਸ ਵਗੈਰਾ ਬੜਿਆ ਆਉਂਦਾ, ਜਾਂਦਾ ਇਹ ਕੰਮ ਕਰਨਾ, ਅਤੇ ਆਹ ਬਾਈ ਜੀ ਹੁਣ ਖਾਸਾ ਸਮਾਨ ਜਿਹਾ ਲੈ ਕੇ ਆਉਂਦਾ, ਲੈਪਟੋਪ ਲੂਪਟੋਪ ਫੋਨ 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 ਤਾਂ ਚੱਲ ਹੁੰਦਾ ਹੀ ਆ, ਆਹ ਦੇਖੋ ਆਈਪੈਡ, ਮੇਰਾ ਵੀ ਯਾਰ ਕਦੇ ਕਦੇ ਜੀ ਕਰਦਾ ਆਈਪੈਡ ਲਿਆਉਣ ਨੂੰ, ਐਡੀ ਬੜੀ ਦੇਖੋ ਮੇਰਾ ਵਲੌਗ ਚੱਲਦਾ ਤਾਂ ਕਿੰਨਾ ਵਧੀਆ ਲੱਗੂ ਹੈ ਨਾ, ਦੇਖੋ ਕਿੰਨੇ ਦੀ ਆਈ ਸੀ ਇਹ, ਪੈਨਸਲ ਵੀ ਨਾਲ 60,000 ਰੁਪਏ ਇਹਦੇ 'ਤੇ, ਨਹੀਂ ਨਹੀਂ ਆਪਣਾ ਤਾਂ ਫੋਨ ਹੀ ਠੀਕ ਆ, ਅਗੜਾ ਦੇਖੋ ਤੁਸੀਂ ਕਿੰਨਾ ਇਹ, ਆਹ ਦੇਖੋ ਆਈਫੋਨ 14 ਪ੍ਰੋ ਵੀ ਚੱਕੀ ਫਿਰਦਾ, ਬੜੇ ਲੋਕ ਸਾਨੂੰ ਇੰਨਾ ਸਵਾਦ ਦਾ ਖਾਣਾ ਨਹੀਂ ਲੱਗਾ ਜਿੰਨਾ ਸਵਾਦ ਸ਼ੱਕਰ ਲੱਗੇ, ਆ ਦੇਖੋ ਬਿੱਲ ਵੀ 'ਚ ਆਏ ਆਇਆ 250 ਰੁਪਇਆ ਬਿੱਲ ਦੀ, ਅਤੇ ਖਾਣਾ ਬਣਾ ਸਿਖਾ ਲਿਆ ਤੁਹਾਨੂੰ ਇੱਕ ਚੀਜ਼ ਦਿਖਾਉਂਦੇ ਹਾਂ ਹੁਣ ਆਪਾਂ, ਅਤੇ ਮੁੰਡਾ ਬਣਾ ਰਿਹਾ ਕੀ ਐਨੀਮੇਸ਼ਨ, ਅਤੇ ਐਨੀਮੇਸ਼ਨ ਦਿਖਾਉਂਦੇ ਹਾਂ ਤੁਹਾਨੂੰ,
ਜਿੱਦਾਂ ਆਪਣਾ ਕੋਈ ਵੀ ਕੰਮ ਹੁੰਦਾ ਜਿਵੇਂ ਕੋਈ ਪ੍ਰੋਡਕਟ ਲਾਂਚ ਹੁੰਦਾ ਜਿਵੇਂ ਐਪਲ ਦਾ ਆਉਂਦਾ ਹੁੰਦਾ ਇੱਦਾਂ ਆ ਲਾਈਕ ਜਿੱਦਾਂ ਐਨੀਮੇਸ਼ਨ ਆ ਤੈਂ ਬਣਾਇਆ ਇਹ ਹਾਂ ਘੈਂਟ ਬਹੁਤ ਉਹ ਨਾ ਘੈਂਟ ਸੱਚੀ ਜੈਨੂਇਨਲੀ ਘੈਂਟ ਆ ਹੋਰ ਵੀ ਕਾਫੀ ਬਣਾਏ ਹੋਏ ਨੇ ਸਾਰਾ ਐਨੀਮੇਸ਼ਨ ਹੈ ਇਹ ਟਾਈਮ ਬਹੁਤ ਲੱਗਦਾ ਬਣਾਉਣ ਤੈਨੂੰ ਹਾਂ ਮਿਹਨਤ ਲੱਗਦੀ ਕਾਫੀ ਲੱਗ ਜਾਂਦਾ ਤੇ ਜੇ ਕਿਸੇ ਨੇ ਬਣਵਾਉਣਾ ਹੁੰਦਾ ਉਹ ਆਪਾਂ ਨੂੰ ਇੱਧਰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿੰਦਾ ਆਪਣਾ ਪੇਜ ਆ ਸਟੋਰੀ ਬੋਰਡ ਕ੍ਰੀਏਸ਼ਨਸ ਅੰਡਰਸਕੋਰ ਪਿੱਛੇ ਰਹਿੰਦਾ ਹਾਂ ਆ ਬੇਸਿਕਲੀ ਅੱਡ ਅੱਡ ਟਾਈਪ ਦੇ ਨੇ ਤੇ ਜੇ ਕਿਸੇ ਨੇ ਬਣਵਾਉਣਾ ਤਾਂ ਉਹ ਬਣਵਾ ਸਕਦਾ ਤੇ ਫੀਸ ਫੂਸ ਵੀ ਫੀਸ ਫੂਸ ਉਹ ਡਿਪੈਂਡ ਕਰਦਾ ਕਿੰਨੀ ਲੈਂਥ ਆ ਤੇ ਬਾਕੀ ਤੁਸੀਂ ਕੰਟੈਕਟ ਕਰ ਲਓ ਤੁਹਾਨੂੰ ਸਾਰਾ ਕੁਝ ਇੱਥੇ ਮਿਲਦਾ ਲੱਗਦਾ ਲਾਈਕ 5 ਮਿੰਟ ਦਾ ਹੁੰਦਾ ਕੋਈ 30 ਸੈਕਿੰਡ ਦਾ ਹੁੰਦਾ ਉਹ ਹਿਸਾਬ ਨਾਲ ਆਪਾਂ ਉਹਦੀ ਪੇਡ ਹੁੰਦੀ ਆ ਠੀਕ ਹੈ ਜਾਨੀ ਤੁਸੀਂ ਇਹੋ ਜਿਹਾ ਕੋਈ ਘੈਂਟ ਜਿਹਾ ਐਨੀਮੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਇਹਨੂੰ ਕੰਟੈਕਟ ਕਰੋ ਤੁਹਾਨੂੰ ਦਿਖਾ ਦੂਗਾ ਬਣਾ ਕੇ ਸਟੋਰੀ ਬੋਰਡ ਕ੍ਰੀਏਸ਼ਨਸ ਆ ਹੈਗਾ ਆਪਣਾ ਇੱਧਰ ਮੈਕਬੁੱਕ ਕੇਅਰ ਪੇਜ ਇੱਥੇ ਸਾਰਾ ਕੰਮ ਚੱਲਦਾ ਆਪਣਾ ਇਹ ਤੇ ਬਣਾਉਣਾ ਮੈਂ ਹਾਂ ਵੈਸੇ ਬਣਾਉਣੇ ਚੀਜ਼ਾਂ ਸੌਖੀਆਂ ਨਹੀਂ ਹੈਗੀਆਂ ਨਾ ਨਹੀਂ ਬੰਦਾ ਆਪ ਬਣਾ ਲਵੇ ਨਹੀਂ ਹੁਣ ਤੈਨੂੰ ਕੰਟੈਕਟ ਕਰਨਾ ਪੈਣਾ ਇਹ ਦਿਮਾਗ ਬਹੁਤ ਲੱਗਦਾ ਚੀਜ਼ਾਂ ਦੇ ਤਾਂ ਕਰਕੇ ਦੇਖਣਾ ਪੈਣਾ ਲਾਈਕ ਸੌਫਟਵੇਅਰ ਦਾ ਸਾਰਾ ਕੁਝ ਆਪਾਂ ਨੂੰ ਦੇਖਣਾ ਪੈਂਦਾ ਨਾ ਕਿੱਦਾਂ ਆਪਾਂ ਪਹਿਲਾਂ ਸਟੋਰੀ ਕ੍ਰੀਏਟ ਕਰਨੀ ਐਨੀਮੇਸ਼ਨ ਦੀ ਉਹ ਦੇਖਣਾ ਪੈਂਦਾ ਤੇ ਮਤਲਬ ਜੇ ਤੁਸੀਂ ਵੀ ਐਨੀਮੇਸ਼ਨ ਜਾਂ ਬਣਾਉਣਾ ਚਾਹੁੰਦੇ ਹੋ ਐਵੇਂ ਦਾ ਕੋਈ ਤਾਂ ਬਾਈ ਨੂੰ ਕੰਟੈਕਟ ਕਰ ਲਿਓ ਤੇ ਹੁਣ ਆਪਾਂ ਚੱਲਦੇ ਹਾਂ ਬਾਹਰ ਤੇ ਤੁਹਾਨੂੰ ਦਿਖਾਉਂਦੇ ਹਾਂ ਬੁਲਟ ਦੇ ਲਾਈਵ ਵੀਲ ਵੀ ਕੀ ਕਰਨੇ ਤੇ ਉਹ ਖੜਾ ਆਪਣਾ ਬੁਲਟ ਤੇ ਨਾ ਬੁਲਟ ਦੇ ਜਿਹੜੇ ਆਹ ਲਾਏ ਨੇ ਆਪਣੇ ਵੈਸੇ ਤਾਂ ਘੈਂਟ ਨੇ ਮੇਰਾ ਕੋਈ ਖਾਸ ਪਲਾਨ ਨਹੀਂ ਸੀ ਚੇਂਜ ਕਰਨ ਦਾ ਪਰ ਹੁਣ ਮੇਰਾ ਦਿਲ ਕਰਦਾ ਵੀ ਮਰਸਡੀਜ਼ ਵਾਲੇ ਲਾਏ ਪਵਾ ਲਾਂ ਤੇ ਖਾਸ ਕਮੈਂਟ ਵੱਧ ਆਉਂਦੇ ਨੇ ਵੀ ਐਸ ਵਾਲੇ ਪਹਿਲਾਂ ਮੇਰਾ ਐਸ ਵਾਲੇ ਤੇ ਵੀ ਚੀਜ਼ ਆ ਗਿਆ ਸੀ ਪਰ ਹੁਣ ਐਸ ਵਾਲੇ ਐਂ ਲੱਗਦਾ ਵੀ ਯਾਰ ਜੇ ਪਵਾ ਲਏ ਤਾਂ ਬੁਲਟ BS6 ਨਹੀਂ ਲੱਗਦਾ ਐਂ ਖੜਾ ਲੱਗਦਾ ਵੀ BS6 ਨਹੀਂ ਹੈਗਾ ਪੁਰਾਣਾ ਮਾਡਲ ਆ ਜਿਹੜਾ BS6 ਉਹਦੇ ਮਰਸਡੀਜ਼ ਘੈਂਟ ਲੱਗਦੇ ਪਰ ਮੇਰਾ ਵੀ ਹੁਣ ਵੱਧ ਜੀ ਮਰਸਡੀ ਤੇ ਕਰਨ ਲੱਗ ਗਿਆ ਪਹਿਲਾਂ ਇਹ ਹੋ ਗਿਆ ਸੀ ਐਸ ਤੇ ਉਹ ਆਪਾਂ ਚੇਂਜ ਤਾਂ ਕਰਨੇ ਨੇ ਆਹ ਵਾਲੇ ਲਾਏ ਵੀ ਆਪਾਂ ਫਿਰ ਵੇਚ ਲਾਂਗੇ ਕਿਉਂਕਿ ਆਪਣੇ ਕੋਲ ਕੰਮ ਦੇ ਨਹੀਂ ਹੈਗੇ ਇਹ ਲਏ ਸੀਗੇ ਆਪਾਂ ਏਜੰਸੀ ਦੇ ਵਿੱਚੋਂ ਓਰੀਜਨਲ ਤੇ ਹੈਗੇ ਪੂਰੇ ਸਾਫ ਨੇ ਤੁਹਾਨੂੰ ਪਹਿਲੇ ਦੱਸ ਦਿੰਦਾ ਆਪਾਂ ਕੋਈ ਉਹ ਧੋਖਾ ਨਹੀਂ ਕਰਨਾ ਉੱਟਣਾ ਇਹਦੇ ਆਹ ਸਕਰੈਚ ਆ ਇੱਕ ਆਹ ਵਾਲਾ ਬਸ ਹੋਰ ਬਾਕੀ ਐਮ ਸੈਟ ਨੇ ਆ ਮੂਹਰਲਾ ਤੇ ਪਿਛਲੇ ਤੇ ਕੋਈ ਸਕਰੈਚ ਨਹੀਂ ਹੈਗਾ ਤੇ ਬਿਲਕੁਲ ਵੀ ਕੋਈ ਨਾ ਉਹ ਖਰਾਬੀ ਆ ਨਾ ਕੋਈ ਚੱਕਰ ਆ ਸਿਰਫ ਤਾਂ ਚੇਂਜ ਕਰਨੇ ਆ ਕਿਉਂਕਿ ਆਪਾਂ ਵਲੌਗ ਬਣਾਉਣੇ ਆ ਤੇ ਥੋੜ੍ਹੀ ਚੇਂਜਸ ਲਿਆਉਣੇ ਜ਼ਰੂਰੀ ਹੁੰਦੇ ਨੇ ਜੇ ਕਿਸੇ ਨੂੰ ਚਾਹੀਦੇ ਨੇ ਤਾਂ ਇਹ ਵਾਲੇ ਲਾਏ ਵੀਲ ਆਪਣੇ ਇਹ ਤੁਹਾਨੂੰ ਮੈਂ 7500 ਰੁਪਏ ਲਏ ਸੀਗੇ ਤੁਹਾਨੂੰ ਥੋੜ੍ਹਾ 2-3 ਹਜ਼ਾਰ ਘੱਟ ਕਰ ਦਾਂਗੇ ਹੋਰ ਕੀ ਆ ਅਤੇ ਜਾ ਕੇ ਜਾਣੀ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਿਓ ਪ੍ਰਦੀਪ ਅੰਡਰਸਕੋਰ ਵਲੌਗ 'ਚ ਅਤੇ ਮੈਂ ਸਾਰੇ ਉੱਪਰ ਉੱਪਰਲੇ ਵਾਲੇ ਮੈਸੇਜ ਦੇਖੂੰਗਾ ਪਿੱਛੇ ਵਾਲੇ ਕਿਉਂਕਿ ਕਾਫੀ ਥੱਲੇ 'ਚ ਲੈਣਗੇ ਤਾਂ ਕਰਕੇ ਨਵਾਂ ਨਵਾਂ ਮੈਸੇਜ ਕਰਦੇ ਰਹੋ ਜਿਹਨੂੰ ਚਾਹੀਦੇ ਨੇ ਜੈਨੂਅਨਲੀ ਅਤੇ ਸਵਾਲ ਲੈਣ ਵਾਲੇ ਮੈਸੇਜ ਥੋੜ੍ਹਾ ਲੇਟ ਕਰਦੇ ਕਿਉਂਕਿ ਆਪਾਂ ਹੁਣ ਸੇਲ ਕਰ ਦਈਏ ਉਦੋਂ ਬਾਅਦ 'ਚ ਜਿਵੇਂ ਮਰਜ਼ੀ ਮੈਸੇਜ ਕਰੀ ਜਾਏ ਉਹ ਮਤਲਬ ਵੀ ਰਿਪਲਾਈ ਦਊਂਗਾ ਮੈਂ ਜਾਣੀ ਵੀ ਹੁਣ ਤੁਸੀਂ ਜੈਨੂਅਨ ਜਿਹਨਾਂ ਨੇ ਖਰੀਦਣੇ ਨੇ ਉਹ ਮੈਨੂੰ ਮੈਸੇਜ ਕਰਿਓ ਕੀ ਜੇ ਬੁਲਟ ਦਾ ਮੂਹਰੋਂ ਜਲੂਸ ਦੇਖੋ ਕਿੰਨਾ ਵਧੀਆ ਕੱਢਾ ਤੁਹਾਡੇ ਬਾਈ ਨੇ ਕਿੰਨਾ ਵਧੀਆ ਜਲੂਸ ਯਾਰ ਮੈਨੂੰ ਧੋਖੇ ਨਾਲ ਮਿਲ ਗਈ ਲੈ ਯਾਰ ਬਦਲ ਨੂੰ ਯਾਰ ਟਾਈਮ ਹੀ ਲੱਗਦਾ ਮੇਰਾ ਅੱਜ ਜਾ ਕੇ ਹੀ ਬਦਲ ਲੈਣੀ ਆ ਪਰ ਤੁਹਾਨੂੰ ਬਲੌਗ ਦਿਖਾਉਣੀ ਤੋ ਜੇ ਆਪਾਂ ਨੂੰ ਬਲੌਗ ਤੋ ਜੇ ਆਪਣੇ ਲਾਈਵ ਵੀਲ ਜੇ ਵਧੀਆ ਵਿਕ ਗਏ ਆਹ ਹਫਤੇ ਹਫਤੇ ਚ ਤਾਂ ਆਪਾਂ ਗਏ ਹਫਤੇ ਹੀ ਮਸੜੀ ਸਾਲੇ ਪਵਾ ਲੈਣੇ ਐਸ ਵਾਲੇ ਯਾਰ ਐਸ ਵਾਲੇ ਪੁਰਾਣਾ ਜਿਹਾ ਲੱਗੂ ਮੈਨੂੰ ਤਾਂ ਐਸ ਵਾਲੇ ਫਿਰ ਕਦੇ ਦੇਖ ਲਾਂਗੇ ਬਹੁਤ ਟਾਈਮ ਬਾਅਦ ਮਤਲਬ ਕਿ 6-9 ਮਹੀਨੇ ਬਾਅਦ ਚਲਾ ਕੇ ਫਿਲਹਾਲ ਤਾਂ ਆਪਾਂ ਮਰਸੜੀ ਵਾਲੇ ਪਾਉਣ ਨੂੰ ਮੇਰਾ ਜੀਜਾ ਕਰਿਆ ਸੋ ਤੁਸੀਂ ਜੇ ਕਿਸੇ ਨੇ ਚਾਹੀਦੇ ਤਾਂ ਕੰਟੈਕਟ ਕਰ ਲਿਓ ਇੰਸਟਾਗ੍ਰਾਮ 'ਤੇ ਅਤੇ ਮੇਰੇ ਤਾਂ ਤੁਹਾਨੂੰ ਆਪਾਂ ਨਵੇਂ ਵਲੌਗ 'ਚ ਤਾਂ ਤਕਰੀਬਨ ਟਾਟਾ